ਜੋ ਕੇ ਛੱਡ ਰਿਹਾ ਹੁਣ ਉਹਨਾਂ ਉਹਦੇ ਕਿਸੇ ਤੇ ਨਾ ਬੰਦ ਕਰਦਾ ਉਹਨੇ ਵੀ ਆ ਕੇ ਲੈ ਵੀ ਫੜੇ ਮੈਂ ਕਿਹਾ ਸੀ ਨੂੰ ਬੋਲੋ ਆਪਣੇ ਗੋਦਾਮ ਦੀ ਚਾਬੀ ਦਿਓ ਮੈਂ ਕੀ ਗੱਲ ਕੀ ਹੈ ਜਲਦੀ ਦਿਓ ਮੈਂ ਚਾਬੀ ਤੋਂ ਨਾਲ ਅੰਦਰ ਧੂੰਆਂ ਧੂੰਆਂ ਨਿਕਲਾ ਸਾਰੇ ਅੱਗ ਫੈਲੀ ਹਾਂਜੀ ਉਹ ਆਖਿਆ ਵੀ ਜਿੰਨਾ ਅਸੀਂ ਉੱਧਰ ਬਾਹਰ ਸਫਾਈ ਕੀਤੀ ਅੱਗ ਲਾਈ ਸੀ ਥੋੜੀ ਅੱਗ ਇੱਧਰ ਆਈ ਫਾਇਰ ਟੈਂਡਰ ਕਿੰਨੀ ਦੇਰ ਬਾਅਦ ਪੁੱਜਿਆ ਅੱਗ ਵਾਲੇ ਅੱਗ ਬੁਝਾਉਣ ਵਾਲੇ ਉੱਥੇ ਆਈਏ ਨਹੀਂ ਦੱਸ ਤੇ ਹੈ ਨਾ ਉਸਨੇ ਫੈਲੀ ਨਹੀਂ ਅੱਗ ਸਰ ਜੈਸੇ ਹਮ ਬਾਹਰ ਤੇ ਤੋ ਇੱਕ ਲੜਕਾ ਗਿਆ ਮੋਟਰਸਾਈਕਲ ਲੈ ਉਸਨੇ ਬੋਲਿਆ ਕਿ 5 ਨੰਬਰ ਵਾਰਡ ਮੇਂ ਦੁਕਾਨ ਮੇਂ ਆਗ ਹੈ ਤੋ ਵੈਸੇ ਹਮਨੇ ਦੋਨੋਂ ਗਾੜੀਆਂ ਨਿਕਾਲ ਦੀ
ਤੋ ਜੈਸੇ ਇਹ ਗਲੀ ਹੈ, ਕੋਈ ਦੁਕਾਨ ਕੋਈ ਇਸ ਸਾਈਡ ਸੇ ਗਲੀ ਲੱਗਦੀ ਹੈ, ਕੋਈ ਸਾਈਡ ਗਲੀ ਲੱਗਦੀ, ਹਮਨੇ ਇਸ ਸਾਈਡ ਪਾਈਪ ਲਗਾਈ, ਉਸ ਸਾਈਡ ਵੀ ਪਾਈਪ ਲਗਾ ਦੀ, ਦੋਨੋਂ ਸਾਈਡ ਸੇ। ਤੋ ਇਸ ਸਾਈਡ ਸੇ ਉਸ ਸਾਈਡ ਸ਼ਟਰ ਬੰਦ ਥਾ, ਤੋ ਇਸ ਸਾਈਡ ਸੇ ਉਹ ਵੀ, ਉਸ ਸਾਈਡ ਸੇ ਹਮਨੇ ਉਸਕਾ ਤਾਲਾ ਸ਼ਾਲਾ ਕਾਟਾ, ਉਸ ਸਾਈਡ ਸੇ ਪਾਣੀ ਮਾਰਾ, ਇਸ ਸਾਈਡ ਮੇਂ ਛੋਟਾ ਕਦਾਂ ਹੁੰਦਾ ਕੰਬਲ ਸਪੇਅਰ ਵਗੈਰਾ, ਤੋ ਅਭੀ ਕੰਟਰੋਲ ਮੇਂ। ਇਤਨਾ ਨੁਕਸਾਨ ਹੋਆ, ਕਿਆ ਲੱਗਤਾ ਹੈ ਅਭੀ ਸਰ? ਬੰਦ ਦੇਖ ਕੇ ਪਤਾ ਚਲੇਗਾ ਕੰਬਲ ਇਤਨਾ ਕਿਆ ਪਤਾ ਲੱਗ ਰਿਹਾ ਸਰ, ਕਿਉਂਕਿ ਅਭੀ ਹਮਨੇ ਖਾਲੀ ਕੰਟਰੋਲ ਕੀ ਹੈ, ਅਭੀ ਅੰਦਰ ਦੇਖਨੇ ਵਾਲੇ ਜੇ ਕਿਆ ਹੈ, ਕਿਆ ਬਿਜਲੀ ਸੇ ਹੋਈ ਹੈ, ਕੈਸੇ ਹੁਆ ਕੈਸੇ ਨਹੀਂ ਹੁਆ, ਅਭੀ ਹਮ ਇਸਕੇ ਬਾਰੇ ਮੇਂ ਕੁਛ ਬਤਾ ਨਹੀਂ ਸਕਤੇ। ਕਿਤਨਾ ਗਰਮੀਆਂ ਕਾ ਮੌਸਮ ਆ ਰਹਾ ਹੈ, ਤੋ ਆਗ ਯਾਨੀ ਗੱਡਨਾ ਇਸ ਤਰ੍ਹਾਂ ਕੀ ਬੜਤੀ ਹੈ, ਕਿਆ ਮੈਸੇਜ ਪ੍ਰੈਕਟੀਕਲੀ? ਜਿਸ ਤਰ੍ਹਾਂ ਆਗ ਕੀ ਘਟਨਾ ਹੋਤੀ ਹੈ, ਕਈ ਖੇਤੋਂ ਮੇਂ ਆਗ ਲੱਗ ਜਾਤੀ ਹੈ, ਇਨ ਫਿਊਚਰ ਕਿਆ? ਆਪ ਲੋਗੋ ਕੋ ਯਹੀ ਕਹਤੇ ਹੈ ਕਿ ਜੈਸੇ ਅਭੀ ਗੇਹੂੰ ਕਾ ਟਾਈਮ ਆ ਰਹਾ ਹੈ, ਖਾਸ ਕਰ ਜੇ ਬਿਜਲੀ ਕੀ ਤਾਰ ਰਹੇ ਹੈ ਜਾਂ ਬਿਜਲੀ ਸਿਲੰਡਰ ਸੇ ਜਾਂ ਦੂਸਰਾ ਜੋ ਵੀ ਲੋਗ ਬਾਹਰ ਥੋੜਾ ਕੇਅਰ ਕਰਨੀ ਹੈ। ਤੋ ਕਿਤਨਾ ਟਾਈਮ ਲਗਾ ਆਪ ਕੋ ਕੰਟਰੋਲ ਕਰਤੇ? ਸਰ ਜ਼ਿਆਦਾ ਤੋਂ ਜ਼ਿਆਦਾ 10-20 ਮਿੰਟ। ਅੱਛਾ, ਦੋ ਕਿੰਨੇ ਫਾਇਰ ਡੇਟਰ ਪਹੁੰਚੇ? ਦੋ ਫਾਇਰ ਡੇਟਰ। ਜਾਨੀ ਨੁਕਸਾਨ ਤੋਂ ਨਹੀਂ ਹੋਇਆ? ਨਹੀਂ ਨਹੀਂ ਜਾਨੀ ਹੋਇਆ।